ਹਾਲ ਜੀ ਸਾਰਿਆਂ ਨੂੰ। ਹੋਰ ਸੁਣਾਓ, ਸਾਰੇ ਠੀਕ ਠਾਕ ਹੋ? ਤੇ ਅੱਜ ਅੱਜ ਤੁਹਾਨੂੰ ਮੈਂ ਦੱਸਦੀ ਹਾਂ, ਇੱਕ ਤਾਂ ਅਸੀਂ ਅੱਜ ਕਿਤੇ ਗਏ ਸੀਗੇ ਅਤੇ ਉਹਦੇ ਕਰਕੇ ਥੋੜ੍ਹੀ ਮੈਨੂੰ ਥਕਾਵਟ ਹੋ ਗਈ, ਅਤੇ ਵੈਸੇ ਵੀ ਮੈਂ ਅੱਜ ਥੋੜ੍ਹੀ ਠੀਕ ਨਹੀਂ ਸੀ, ਮੇਰਾ ਸਿਰ ਵੀ ਦੁਖਦਾ ਪਿਆ ਸੀ। ਅਤੇ ਮੈਂ ਸਹਿਜ ਨੂੰ ਕਿਹਾ ਕਿ ਸਹਿਜ ਅੱਜ ਤੁਸੀਂ ਰੋਟੀ ਬਣਾ ਦਿਉ, ਅਤੇ ਸਹਿਜ ਮੈਨੂੰ ਇਹ ਨਹੀਂ ਸਮਝ ਲੱਗੀ ਕਿ ਸਹਿਜ ਜਲਦੀ ਮੰਨ ਕਿਵੇਂ ਗਏ ਆ। ਚਲੋ ਵੇਖਦੇ ਹਾਂ ਕੀ ਕਰਦੇ ਪਏ ਸਹਿਜ, ਆ ਜਾਓ ਚਲੋ ਵੇਖਦੇ ਹਾਂ ਭਲਾ ਕੀ ਕਰਦੇ ਪਏ ਸਹਿਜ। ਟੈਂ ਟੈਂ ਟੈਂ, ਤੂੰ ਵੀਡੀਓ ਸ਼ੁਰੂ ਕਰ ਲਈ ਆ? ਹੋਰ ਕੀ, ਲੈ ਕਾਦੀ ਵੀਡੀਓ ਭੇਜ ਦਿੱਤੀ ਆ? ਵੀਡੀਓ ਆਹੀ ਜਿਹੜਾ ਕੰਮ ਕਰਦੇ ਪਏ ਆ। ਅੱਜ ਰੋਟੀ ਬਣਾ ਲਾਂਗਾ ਸਹਿਜ। ਵੇ ਤੂੰ ਮੇਰੀ ਗੱਲ ਮੰਨ ਕਿਵੇਂ ਰਹੀ ਆ? ਮੈਨੂੰ ਪਤਾ ਵਾ ਕਿ ਤੂੰ ਬਿਮਾਰ ਆ, ਤੱਕ ਬੰਨੀ ਤੇ ਹੈਣੀ ਆ। ਹੂੰ, ਇਹ ਕਰਕੇ ਮੈਂ ਰੋਟੀ ਤੇ ਖਾਣੀ ਆ। ਬੱਲੇ, ਮਤਲਬ ਆਪਣਾ ਫਿਕਰ ਆ ਕਿ ਮੈਂ ਰੋਟੀ ਤੇ ਖਾਣੀ ਆ? ਤੇਰੀ ਤੇਰਾ ਜ਼ਿਆਦਾ ਫਿਕਰ ਆ, ਤੇਰਾ ਪਹਿਲੇ ਨੰਬਰ ਤੇ ਆ ਕਿ ਮੈਂ ਮੇਰੇ ਪੁੱਤ ਨੂੰ ਭੁੱਖਾ ਰਹਿਣਾ। ਫਿਰ ਤਾਂ ਕਰਕੇ ਲੱਭਣਾ ਇਦਾਂ ਦਾ ਘਰ ਵਾਲਾ ਕਿਸੇ ਨੂੰ ਜਿਹੜਾ ਕਿਤੇ ਕਿਤੇ ਗੱਲ ਮੰਨਦਾ। ਕਿਤੇ ਕਿਤੇ, ਹਾਂ ਰੋਜ਼ ਨਹੀਂ, ਕਿਤੇ ਕਿਤੇ ਮਨ ਮੇਰ ਮਨ ਮਨ ਮੇਰ ਪੈ ਗਈ ਹਨਾ। ਹਾਂ ਮਨ ਮੇਰ ਪੈ ਗਈ ਅੱਜ ਤੁਹਾਡੇ, ਨਹੀਂ ਤੇ ਸਹਿਜ ਮੇਰੇ ਆਖੇ ਕਹਿਣ ਤੇ ਰੋਟੀ ਕਦੇ ਵੀ ਨਹੀਂ। ਚੱਲ ਮੈਂ ਇੱਕ ਇੱਕ ਗੱਲ ਮਣੀ ਹੋਰ ਸੋਚੀ ਆ। ਹਾਂ ਮੈਂ ਬਾਹਰ ਜਾਣਾ, ਨਾਲੇ ਮੇਰੀ ਪ੍ਰੈਕਟਿਸ ਹੋ ਜੂਗੀ। ਹਾਂ ਇਹ ਵੀ ਹੈ, ਨਾਲੇ ਗੱਲ ਮੈਨੂੰ ਹਜੇ ਤੱਕ ਮੈਨੂੰ ਆਟਾ ਨਹੀਂ ਗੁੰਨਣਾ ਆਉਂਦਾ। ਚਲ ਕੋਈ ਨਹੀਂ ਮਣੀ, ਮੇਰੀ ਗੱਲ ਸੁਣ, ਮੈਨੂੰ ਦੱਸੀਏ ਕਿ ਨਾਲ ਫਿਰ ਮੈਂ ਇਹਨਾਂ ਕਰ ਸਕਦੀ ਹੈ ਨਾ? ਇਹਨਾਂ ਕਰ ਸਕਦੀ। ਹਾਂ ਹੁਣ ਮੈਂ ਆਲੂ ਕੱਟ ਲਏ, ਅੱਜ ਅੱਜ ਕਿਹੜੇ ਆਲੂ ਬਣਾਉਣ ਲੱਗੇ ਆਪਾਂ? ਅੱਜ ਅਸੀਂ ਆਲੂ ਬਣਾਉਣ ਲੱਗੇ ਹਾਂ ਜਿਹੜੇ ਕੱਟ ਕੇ ਮਸਾਲਾ ਪਾ ਕੇ ਬਣਾਈ ਦੇ ਭਰ ਕੇ, ਜਿੱਦਾਂ ਆਹ ਪੀਸ ਆ ਨਾ ਇਹਨੂੰ ਇੱਦਾਂ ਕੱਟ ਕੇ ਇਹਦੇ ਦੋ ਪੀਸ ਕਰ ਲੈਣੇ ਆ, ਇਹਦੇ ਵਿੱਚ ਆਪਾਂ ਸਾਰਾ ਸਟੱਫ ਭਰ ਲੈਣਾ ਆ ਤੇ ਫਿਰ ਇਹਨੂੰ ਆਪਾਂ ਫਰਾਈ ਕਰ ਲੈਣਾ। ਮਸਾਲਾ ਸੁੱਕਾ ਹੁੰਦਾ ਜਿਹੜਾ, ਬਹੁਤ ਸਵਾਦ ਬਣਦੇ ਆ। ਤੇ ਇਹ ਤੋਂ ਅੱਗੇ ਆਪਾਂ ਕੀ ਕਰਨਾ? ਕੱਟ ਲਿਆ ਹੁਣ ਮੈਂ, ਕੱਟ ਲਿਆ ਮਸਾਲਾ ਲੈ ਕੇ ਮੈਂ। ਹਾਂਜੀ ਉਹ ਲੈ ਕੇ ਆਓ। ਚੱਲ ਕਮਾਲ ਹੋ ਗਈ ਅੱਜ ਤੇ, ਸਹਿਜ ਨੇ ਲੈਣ ਤਾਂ ਸਾਰਾ ਮਟੀਰੀਅਲ। ਮੈਂ ਤੁਹਾਨੂੰ ਪਤਾ ਜਿੰਨੀ ਜਿੰਨੀ ਕੁਆਂਟਿਟੀ ਪਾਉਣੀ ਆ। ਆ ਮਸਾਲਾ ਪਾ ਦੇਣਾ ਬਸ। ਚਲੋ ਮੈਂ ਤੁਹਾਨੂੰ ਲਾ ਮੈਨੂੰ ਫੋਨ ਦੱਸ ਦਿੰਨੀ ਆ। ਹਾਂਜੀ ਬੇਗਮ, ਇਹ ਕੀ ਆ? ਨਮਕ। ਨਮਕ ਬਹੁਤ ਤਿੱਖਾ ਨਮਕ ਹੈ, ਇਸ ਲਈ ਆਪਾਂ ਥੋੜਾ ਪਾਵਾਂਗੇ। ਓਕੇ ਜੀ, ਹੋਰ ਕੀ ਪਾਉਣਾ ਆਪਾਂ ਇਹ 'ਚ? ਇਹਦੇ ਵਿੱਚ ਲਾਲ ਮਿਰਚ। ਓਏ ਠੀਕ ਆ। ਓਕੇ ਤੇ ਆਪਾਂ ਇਹਦੇ ਵਿੱਚ ਹਲਦੀ ਪਾਉਣੀ ਆ? ਪਾਉਣੀ ਆ। ਹਾਂ ਫਿਰ ਹੀ ਰੰਗ ਆਊਗਾ। ਕੀ ਹਲਦੀ ਤੇ ਮਸਾਲਾ ਆਪਣਾ ਹੈ ਹੀ ਨਹੀਂ ਇਹਦੇ 'ਚ। ਕਿੱਥੇ ਪਿਆ ਵਾ? ਉੱਥੇ ਪਿਆ ਅੰਦਰ। ਲੈ ਕੇ ਆਵਾਂ? ਲੱਭ ਜੂਗਾ, ਚਲੋ ਲੈ ਜਾਓ। ਠੀਕ ਆ ਲੂਣ ਲੈ ਪਰਾਵਾਂ ਜੀ। ਹਾਂ ਮਤਲਬ ਹੋਰ ਪਾ ਦੋ, ਨਹੀਂ ਹੋਰ ਪਾਓ। ਇੱਕ ਸੱਚ ਨਾਲੇ ਮਣੀ ਦੇ ਲੱਗੀ ਹੱਥ ਤੇ ਸੱਟ, ਤਾਂ ਕਰਕੇ ਵੀ ਕੰਮ ਨਹੀਂ। ਮੇਰੇ ਘਰ ਦੇ ਵੱਜ ਗਈ ਤੇ ਉਹਦੇ ਕਰਕੇ ਮੇ ਤੋਂ। ਓਕੇ ਆ, ਜਿਹੜੇ ਜਿਹੜੇ ਆ ਰੈਸਪੀ ਬਣਾਉਂਦੇ ਆ ਘਰੇ, ਆ ਜਿਹੜੇ ਆਲੂ ਵਾਲੀ ਸਬਜ਼ੀ ਬਣਾਉਂਦੇ ਆ, ਕਮੈਂਟ ਕਰਿਓ। ਤੇ ਜਿਹੜੇ ਜਿਹੜੇ ਨਹੀਂ ਬਣਾਉਂਦੇ ਉਹ ਸਿੱਖ ਲਓ, ਉਹ ਬਣਾ ਕੇ ਫੇਰ ਕਮੈਂਟ ਕਰਿਓ। ਹਾਂ ਕਿ ਕਿਵੇਂ ਦੇ ਬਣੇ ਆ, ਕਿਵੇਂ ਦੇ ਬਣੇ ਆ। ਇੱਕਦਮ ਮਸਾਲਾ ਭਰ ਦੇਣਾ ਸਾਰਿਆਂ 'ਚ। ਬੱਚੋ ਬੱਚੋ ਅਭੀ ਤੋ ਰੋਟੀ ਬਣਾਨੀ ਹੈ। ਕੋਈ ਨਹੀਂ, ਨਾਲੇ ਬਣੀ ਵਧੀਆ ਮੇਰੀ ਪ੍ਰੈਕਟਿਸ ਹੋਣ ਡੀ ਨਾਲੇ ਬਾਹਰ ਵਾਸਤੇ। ਹਾਂ ਹੁਣ ਲਾਸਟ ਵਾਰੀ ਆ, ਰੋਜ਼ ਨਹੀਂ ਵੀ ਰੋਜ਼ ਤੂੰ ਕਵੇਂ ਬਾਜ, ਤੂੰ ਬਹਾਨਾ ਮਾਰ ਕੇ ਆਦਾ ਕਰੇ ਮੇਰੇ ਸਿਰ ਪੜਾਉਣ ਡੀ ਆ। ਮੈਂ ਕਦੀ ਬਹਾਨਾ ਨਹੀਂ ਮਾਰਿਆ, ਪਤਾ ਤੇਰੀ ਹੋਣ ਡੀ ਆ, ਤੈਨੂੰ ਪਤਾ ਅੱਜ ਵੀ ਅੱਜ ਆਵੀਂ ਦੂਰ ਗਏ ਸੀ ਕਿਤੇ। ਹਾਏ ਵੇ ਤੁਹਾਨੂੰ ਫਿਕਰ ਹੈਗੀ ਮੇਰੀ ਹਨਾ। ਉਹਨਾਂ ਮਣੀ ਦਾ ਇੱਕ ਕਾਰਨਾਮਾ ਹੁਣੇ ਹੁਣੇ ਹੋਇਆ ਜਿਹੜਾ। ਕੀ ਕੀਤਾ ਜੀ? ਆ ਵੇਖ ਲਓ ਜੀ, ਕੰਮ ਕਰਨਾ ਤੇ ਹੈ ਨਹੀਂ ਕੋਈ, ਤੇ ਵਧਾ ਜ਼ਰੂਰ ਦੇਣਾ ਇਹਨੇ। ਮੈਂ ਲੱਗੀ ਡੱਬੇ ਨੂੰ ਫੜਨ ਤੇ ਉਹ ਢੱਕਣ ਲੂਜ਼ ਹੀ। ਢੱਕਣ ਤੇਰਾ ਲੂਜ਼ ਹੀ ਜਿਹੜਾ, ਹੋਰ ਕੰਮ ਵਧਾਤਾ ਮੇਰਾ, ਤੂੰ ਆਪ ਤਾਂ ਕਰਨਾ ਨਹੀਂ ਕੋਈ। ਹਾਏ ਚੂ, ਢੱਕਣ ਤੇਰੇ ਹੱਥ 'ਚ ਮੁਕਰੀ ਜਾਣ ਡੀ ਅਜੇ ਵੀ। ਮੈਂ ਜਾਣ ਕੇ ਨਹੀਂ ਕੀਤਾ, ਆਪੇ ਹੋ ਗਿਆ। ਚੱਲ ਮੈਂ ਕਰ ਦਿੰਦਾ ਸਾਫ ਇਹ ਵੀ। ਮਣੀ ਆਲੂ ਤੇ ਆਪਣੇ ਹੋ ਗਏ ਉਹਦੇ, ਤੇ ਹੁਣ ਗਾਂ ਕੀ ਕਰਨਾ? ਕੜਾਈ ਲਓ। ਗਾਂ ਮੇਰੇ ਹਿਸਾਬ ਨਾਲ ਕੜਾਈ ਲੈ ਕੇ ਤੇ ਤਲ ਲੈਣਾ ਬਸ। ਹਾਂਜੀ ਓਕੇ। ਸਰਸੋਂ ਕੇ ਤੇਲ ਮੇ? ਯੈਸ।
ਪੂਰਾ ਵਧੀਆ ਪਾਣੀ ਪੀਓ ਵੈਸੇ ਵੀ ਵਧੀਆ ਹੁੰਦਾ ਪਾਣੀ ਪੀਣਾ ਵਾਲਾ ਕੀ ਹੋਇਆ ਆ ਗਏ ਜੀ ਚਲੋ ਕੜਾਈ ਨੂੰ ਸੁੱਕਣ ਦਿਓ ਤੇਲ ਸਰੋਂ ਦਾ ਹਾਂ ਓਕੇ ਤੇ ਆਪਾਂ ਇੱਕ ਲੈ ਲੈਨੇ ਆ ਨਾਲ ਕੜਛੀ ਚਲੋ ਨੋ ਕੜਛੀ ਤੇਲ ਨਹੀਂ ਪਾਣਾ ਨਹੀਂ ਆ ਲੈਣਾ ਤੇਲ ਕਿੰਨਾ ਹੋਣਾ ਇਧਰ ਲੱਗਿਆ ਦੋ ਤੇਲ ਇਹਦੇ ਚ ਪਾ ਦੋ ਜਿੰਨੇ ਇੱਕ ਉਹ ਫਰਾਈ ਹੋ ਜਾਏ ਜਿੰਨੇ ਚ बस ठीक है पलटा देगा ना माचो थोड़ा पा दो क्योंकि दौड़ बनी बाजू और मां बस ठीक 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 ओके ज्यादा हो गया तेल कर दो आ देखो शेफ बड़े पहला तेल ज्यादा पा लिया वा तो हुन उनु फिर ओदे च पलटदा आ एक कड़छी बनाएगा हुन मैं पैसे पलट के कड़छी पाऊंगा कोई हाल नहीं सहज बस हो गया एक तेल ही बनाऊं यार देख लो इक नहीं करना मेरे ना की देख लो हैं छोड़ ना सारा कुछ रोटी पानी बनाने पर जो हो बाद मैं पहली बार हाथ की रोटी खानी घट करो इन भी ऑन कर लो उपर तेल गया या सड़ चंगी तरह नहीं सड़िया अजे मणि अज पता लगा भी किन्नी गर्मी हुंदी आ इत्थे पता लगा ना किचन च किन्ना औखा काम आ बहुत औखा हुंदा काम करना आर्डर मारने सोखे आ आ हुंदा भी नुकसान छोटिया बावां दा मैं पूरा ही नहीं उड़ा मैं आवे इदा खलोता मैं ऐ करके मेरे वाल किदां दे हो गया तेरे वाल इदा दे आ चलो हथियार ਹੌਲੀ ਹੌਲੀ ਪਾਇਓ ਗਰਮ ਬਹੁਤ ਆ ਤੇਲ ਛਿੱਟੇ ਨਾ ਪੈਣ ਓ ਸਹੀ ਰਹੀ ਜੀ ਪਾਈ ਦੋ ਪਾਈ ਦੋ ਮੈਂ ਬਾਦ ਨਾ 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 ਮੈਂ ਮਜਾ ਸਿੱਖੂਗਾ ਇੱਕ ਤੱਕ ਉਹ ਵੀ ਗਿੱਲੀ ਹੀ ਨਾ ਆਲੂ ਥੋੜਾ ਜਿਹਾ ਗਿੱਲੇ ਨਾ ਸਕਾਏ ਤੇ ਗਏ ਪਰ ਫਿਰ ਗਿੱਲੇ ਮਤਲਬ ਮਣੀ ਇੱਕ ਵਾਰ ਜੀ ਪੂਰੇ ਨਹੀਂ ਹੋਣੇ ਆ ਜਾਣੇ ਆ ਨਹੀਂ ਹੋਣੇ एक बारी मनी इन्ने पूरे एक दो तीन चार पांच रह गए चल कोई नहीं कटी हो गया जी हुन आ वाले आलू पै गए आ ते ओ वाले आलू रह गए आ ओना ही बारी बाद च चल इन्हें बन लें दो फिर तां पकाउने आ इन्हें बस सिम ते पकाउना आ सिम ते हां चलो जी सिम करता है आओ चलिए आपन चलो पके चले हां जी आ फॉलो बन गए मैं होना कट के हां इन्हें आपा मार के विच कर देवे लेनी जे चल गई सॉफ्ट हो गया फिर ते बन गया भूखी मार देना एक तो तेरे मैं जो इन गर्मी इना कुछ तुम बहुत लेट कर उधर वेख लो टाइम कितना हो गया 9 बज गए ਸਾਡਾ ਫਾਈਨਲ ਸਟੈਪ ਰਹਿ ਗਿਆ ਉਹ ਹੁਣ ਵੇਖਦੇ ਆ
ਕਿੱਦਾਂ ਗੋਲ ਗੋਲ ਪੇੜਾ ਘੁਮਾਇਆ ਕਿੱਦਾਂ ਕਿੱਦਾਂ ਥੱਲੇ ਆਟਾ ਵੇਖੀ ਕਿੱਦਾਂ ਡਿੱਗਣ ਡਿਆ ਈ ਅੱਛਾ ਗੋਲ ਰੋਟੀ ਸਾਰੇ ਤੁਸੀਂ ਮੇਰੇ ਨਾਲੋਂ ਵੀ ਗੋਲ ਰੋਟੀ ਬਣਾਉਂਦੇ ਆ ਤੂੰ ਮੈਨੂੰ ਐਵੇਂ ਜਾਣਦੀ ਆ ਤੂੰ ਮੈਨੂੰ ਟਿੱਚ ਜਾਣਦੀ ਹੈਗੀ ਕਲਾ ਲੱਡੇ ਚ ਹੁੰਦੀ ਆ ਤਵਾ ਗਰਮ ਹੁੰਦੀ ਆ ਹੋ ਗਿਆ ਵਾ ਵੇਖੋ ਹੱਥ ਲਾ ਕੇ ਚੰਗੀ ਹੱਥ ਲਾ ਕੇ ਵੇਖੋ ਬੱਲੇ ਤੇਰੇ ਓਕੇ ਤੇ ਆ ਫਾਈਨਲੀ ਸਹਿਜ ਦੀ ਰੋਟੀ ਦੇਖ ਲਓ ਜੀ ਕਿਹਦੀ ਗੋਲ ਰੋਟੀ ਇਦਾਂ ਪੇੜਾ ਘੁੰਮਾਉਣਾ ਮੈਂ ਇਦਾਂ ਐ ਇਹ ਤੋਂ ਬੱਚੋ ਐ ਕਰਕੇ ਜਿੱਦਾਂ ਬੁੜੀਆ ਕਰਦੇ ਹੁੰਦੀ ਆ ਅੱਛਾ ਕਰਦੇ ਨੇ ਨਾ ਇਹਨਾਂ ਹਾਂ ਪਤਾ ਸਾਰਾ ਕੀ ਰੋਟੀ ਮੈਂ ਵਧੀਆ ਬਣਾ ਲੈਂਦਾ ਉਹ ਤਾਂ ਪਤਾ ਲੱਗਣ ਹੀ ਡਿਆ ਮਿਸਟਰ ਜਿਹੜੀ ਰੋਟੀ ਦਵੇ ਤੇ ਭਾਈ ਉਹਦੇ ਵੱਲ ਵੀ ਧਿਆਨ ਦੇਈਦਾ ਆ ਇੱਕੋ ਕੰਮ ਵਾਲੀ ਨਹੀਂ ਧਿਆਨ ਦੇਈਦਾ ਸਾਰਿਆਂ ਨੇ ਦੱਸੋ ਕਮੈਂਟ ਕਰਕੇ ਕਿ ਰੋਟੀ ਮੇਰੀ ਕਿਵੇਂ ਦੀ ਬੋਰ ਕਿਵੇਂ ਦੀ ਲੱਗੀ ਤੁਹਾਨੂੰ ਸਾਰਿਆਂ ਨੂੰ ਇਸ ਇਹ ਕਿਚਨ ਦੇ ਮੇਨ ਰੂਲ ਆ ਓਕੇ ਕਿਹੜੇ ਕਿ ਆਪਾਂ ਜਿਹੜਾ ਇੱਕ ਕੰਮ ਕਰਦੇ ਇੱਕ ਵਾਲੀ ਨਹੀਂ ਧਿਆਨ ਦੇਈਦਾ ਚੰਗਾ ਬੀਬੀ ਹਾਂਜੀ ਆਟਾ ਬਾਜਾ ਖਾ ਇੱਥੋਂ ਪਤਾ ਲੱਗਦਾ ਕੱਚੇ ਖਿਡਾਰੀ ਚੰਗਾ ਤੂੰ ਵੱਡੀ ਸਿਆਣੀ ਰੌਲ ਰੋਟੀ ਚੱਕ ਕਰ ਮੇਰੀ ਤੂੰ ਕਿੰਨੀ ਘੰਟਾ ਹਾਂ ਰੋਟੀ ਤਾਂ ਗੋਲ ਆ ਜਿਹੜੀ ਗੱਲ ਹੈ ਉਹ ਹੈ ਹੈ ਬਸ ਸਬਜ਼ੀ ਵੇਖ ਲਈ ਮੜੀ ਜੀ ਸਬਜ਼ੀ ਦੇ ਸੜ ਕੇ ਆਟੀ ਸਬਜ਼ੀ ਸਾਡੀ ਹੋ ਗਈ ਆ ਜੀ ਡਨ ਇਹਨੂੰ ਕਰ ਦਈਏ ਬੰਦ ਤੇ ਸਬਜ਼ੀ ਕਿੱਥੇ ਪਹਿਲੀ ਬਾਕੀ ਇਹਨਾਂ ਧਿਆਨ ਰੱਖਿਆ ਕਰੋ ਆਪਾਂ ਕੱਟ ਕੇ खा के पता लगू स्वाद भी कि नहीं नाल मणी दे लवांगे दही नाल लस्सी लस्सी ना दो तू तो पींदे नहीं ना मैं मिठी पीना ਇਹ ਕੰਮ ਕਰ ਤੈਨੂੰ ਮੈਂ ਖਵਾ ਵੀ ਦਿੰਦਾ ਵਾ ਹਨਾ ਸਾਰੇ ਕੰਮ ਕਰ ਦਿੰਦਾ ਵਾ ਖਵਾ ਦੋ ਤੇਰੇ ਹੱਥ ਮੇ ਮੇਰਾ ਪੋਣਾ ਹੋ ਰੋਟੀਆਂ ਤੂੰ ਲਾਵੇਂ ਨਾਲੇ ਮੇਰੀ ਹੈਲਪ ਕਰਾਵੇਂ ਮੈਂ ਤੇ ਰੋਜ਼ ਕਰਦੀ ਆ ਬੇਟਾ ਵਾਈ ਆਰ ਯੂ ਸਮਾਈਂਗ ਮੀ ਉਹ ਸੁਣਾ ਰਹੇ ਹੋ ਕਿ ਤੈਨੂੰ ਕਰਨਾ ਪੈਣਾ ਇਹ ਸਾਰੀਆਂ ਕੁੜੀਆਂ ਨੂੰ ਕਰਨਾ ਪੈਂਦਾ ਏ ਬਾਹਰ ਜਾ ਕੇ ਵੀ ਤੈਨੂੰ ਕਰਨਾ ਪੈਣਾ ਜਦੋਂ ਆ ਗਈ ਤੂੰ ਫਾਈਨਲੀ ਸਹਿਜ ਦੀ ਫਸਟ ਰੋਟੀ ਬਣ ਗਈ ਆ ਬਹੁਤ ਸੋਹਣੀ ਦੱਸੋ ਜੀ ਉਹ ਵੀ ਪੂਰੀ ਫੁੱਲੀ ਆ ਪੂਰੀ ਨਹੀਂ ਫੁੱਲੀ ਥੋੜੀ ਥੋੜੀ ਆ ਫੁੱਲ ਗਈ ਤੂੰ ਬਣਾਇਆ ਨਹੀਂ ਸ਼ਾਰਟ ਰੋਟਾ ਫੁੱਲਣ ਵਾਲਾ ਵੇ ਕਿੱਡੀ ਚਲਾਕ ਆ ਜਿੱਥੇ ਮੇਰੀ ਰੋਟੀ ਫੁੱਲੀ ਆ ਸ਼ਾਰਟ ਨਹੀਂ ਲਿਆ ਨੇ ਚਲੋ ਜੀ ਫਾਈਨਲੀ ਮੇਰੀ ਰੋਟੀ ਹੋ ਗਈ ਤਿਆਰ ਇੱਕ ਓਕੇ ਇਹਨੂੰ ਆਪਾਂ ਚੋਪੜ ਦੀ ਜਾਣਾ ਨਹੀਂ ਪਹਿਲਾਂ ਬਣਾ ਲਓ ਫਿਰ ਬਾਅਦ ਚ ਚੋਪੜ ਲਿਓ ਫਿਰ ਇਦਾਂ ਤੂੰ ਕਨਫਿਊਜ਼ ਹੋ ਜਾਣਾ ਆ ਦੋ ਦੋ ਕਰਕੇ ਚੋਪੜੀ ਜਾਣਾ ਹਾਂ ਚਲੋ ਜੀ ਇਹ ਤਾਂ ਪੇੜਾ ਵੀ ਆਪਣਾ ਹੋ ਗਿਆ ਰੈਡੀ ਸਟਾਈਲ ਸਟਾਈਲ ਓ ਪੇੜਾ ਕਿੱਥੇ ਗਿਆ ਪੇੜਾ ਚਿਪ ਮੇਰਾ ਸਟਾਈਲ ਵਿੱਚ ਰਹਿ ਗਿਆ ਮੇਰੀ ਰੋਟੀ ਵੈਸੇ ਇਹ ਵੇਖੋ ਚਿਪਕਾ ਕਿੰਨੇ ਵਧੀਆ ਜਗ੍ਹਾ ਤੇ ਹੈ ਨਾ ਤੇਰੇ ਨੇ ਨਿਕਾ ਮੇਰਾ ਸਟਾਈਲ ਰਹਿ ਗਿਆ ਵਿੱਚ ਚਲੋ ਤੂੰ ਸਟਾਈਲ ਨਾ ਹੀ ਮਾਰੋ ਤੇ ਚੰਗੀ ਗੱਲ ਆ ਕੰਮ ਕਰੋ ਮੈਂ ਵੀਡੀਓ ਬਣਾ ਕਰਦੀ ਮੈਂ ਸਟਾਈਲ ਮਾਰਦਾ ਸਟਾਈਲ ਆਪਕੇ ਨੂੰ ਨਜ਼ਰ ਲਾਦੀ ਮੇਰੇ ਸਟਾਈਲ ਸਟਾਈਲ ਨੂੰ ਨਜ਼ਰ ਲਾਈ ਜਾਂਦੀ ਤੁਹਾਨੂੰ ਪਤਾ ਨਾ ਪਰ ਯਾਰ ਕਹਿੰਦੇ ਆ ਨਾ ਤੈਨੂੰ ਪੇੜਾ ਬੁਲਕਦਾ ਪ੍ਰੋਣੇ ਹੁੰਦੇ ਆ ਐ ਵਾਲੇ ਕਿੰਨੇ ਹੋਣਾ ਦੀ ਰੋਦ ਟੱਡ ਕੋ ਵੀ ਇਦਾਂ ਆ ਪੇੜਾ ਹੱਥ ਚ ਡਿੱਗ ਗਿਆ ਉਹ ਇੱਥੇ ਪ੍ਰਾਂਤ ਚ ਡਿੱਗ ਗਿਆ ਤੇ ਅੱਛਾ ਇਹ ਨਹੀਂ ਵੀ ਸਟਾਈਲ ਮਾਰ ਦੇ ਡਿੱਗੇ ਹੂੰ ਪ੍ਰਾਂਤ ਚ ਡਿੱਗ ਗਿਆ ਚਲੋ ਜੀ ਇਦਾਂ ਰੋਟੀਆਂ ਮੈਂ ਲਈ ਜਾਣੀਆਂ ਬਸ ਇਦਾਂ ਹੀ ਹੁਣ ਰੋਟੀਆਂ ਬਣੀ ਜਾਣੀਆਂ ਮਣੀ ਮਣੀ ਤੁਹਾਨੂੰ ਟੇਸਟ ਕਰਕੇ ਮਣੀ ਤੁਹਾਨੂੰ ਦੱਸੂਗੀ ਟੇਸਟ ਕਰਕੇ ਮੈਂ ਤਾਂ ਲੈ ਆਇਆ ਛੋਟੀਏ ਲੈ ਪੜ ਗਿੱਠੀਏ ਤੇ ਮਣੀ ਤੁਹਾਨੂੰ ਦੱਸੂਗੀ ਟੇਸਟ ਕਰਕੇ ਕਿਵੇਂ ਦੇ ਲੱਗੀ ਹੈ ਮੇਰੀ ਰੋਟੀ ਦੇ ਮੇਰੀ ਸਬਜ਼ੀ ਦੇ ਹਾਂਜੀ ਮਿਲ ਗਈ ਪਰੋਸੀ ਪਸਾਈ ਰੋਟੀ ਪਰੋਸੀ ਪਰੋਸੀ ਪਰਾਈ ਆਲੂ ਖਾ ਕੇ ਦੱਸ ਜਿਹੜੇ ਬਣਾਈ ਮੈਂ ਰੋਟੀ ਨਾਲ ਦੱਸ ਸਹੀ ਸੀ ਦੱਸੀ ਝੂਠ ਨਹੀਂ ਕੋਈ ਝੂਠ ਨਹੀਂ
ਸਵਾਦ ਹੈ, ਲੂਣ ਮਿਰਚ ਵੱਧ ਨਹੀਂ, ਨਾਲੇ ਤੇਰੇ ਲਈ ਮੈਂ ਬਣਾਈ ਲੱਸੀ, ਚੱਕ ਲੱਸੀ ਪਸੰਦ ਹੈ ਨਾ ਤੈਨੂੰ? ਥੈਂਕ ਯੂ, ਥੈਂਕ ਯੂ ਵੈਰੀ ਮੱਚ। ਰੋਈ ਨਹੀਂ ਬਹਾਨਾ ਮਾਰਨਾ ਸਿਰ ਪੀੜ ਦਾ, ਕਦੀ ਕਦੀ ਆ ਕਦੀ ਕਦੀ ਇੱਥੇ ਜਦੋਂ ਹੋਇਆ ਉਦੋਂ ਬਹਾਨਾ ਨਹੀਂ ਮਾਰਨਾ ਕੋਈ। ਮੈਂ ਅੱਜ ਮੇਰੇ ਸੱਚੀ ਹੁੰਦੇ ਨਹੀਂ। ਸਵਾਦ ਹੈ ਰੋਟੀ? ਚੱਲ ਮੈਂ ਵੀ ਖਾਣਾ ਹੁਣ।